अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके नोटिफिकेशंस को ऑन कर लीजिए फॉर फ्यूचर अपडेट्स के लिए हेलो फ्रेंड्स आप जीता मेरे YouTube चैनल में बहुत-बहुत स्वागत है आज की वीडियो दे विचਸੀਂ डिस्कस कराएंगे कि जेकर तुसी अपना PSAT ਦਾ ਸਰਟੀਫਿਕੇਟ ਹਲੇ ਤੱਕ ਨਹੀਂ ਦਿਆਤੇ ਹੋ ਤਾਂ ਉਹਨੂੰ ਲੈਣਾ ਹੈ ਤੁਸੀ ਤਾਂ ਉਹਦੇ ਲਈ ਕਿਹੜੀ-ਕਿਹੜੀਆਂ ਗਾਈਡਲਾਈਨਸ ਨੇ ਜਿਹੜੀਆਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਸਰਟੀਫਿਕੇਟ ਲੈਣ ਦੇ ਲਈ ਪਲੱਸ ਜਦੋਂ ਤੁਸੀਂ ਸਰਟੀਫିକੇਟ ਲੈਣ ਜਾਣਾ ਹੈ ਕਿਹੜੇ-ਕਿਹੜੇ ਡਾਕੂਮੈਂਟਸ ਹੀ ਤੁਹਾਨੂੰ ਲੋੜ ਹੈ ਤਾਂ ਸਭ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਜਿਹੜਾ ਤੁਹਾਡਾ ਮੇਨ ਡਾਊਟ ਹੈ ਸਾਰੇ ਕੈਂਡੀਡੇਟਸ ਦਾ ਕਾਫੀ ਜਾਣਿਆਦਾ ਕਿ ਜਿਹੜਾ ਤੁਹਾਡਾ ਪੀਐਸਟੈਟ ਦਾ ਸਰਟੀਫਿਕੇਟ ਹੈ ਕਿਉਂ ਆਨਲਾਈਨ ਤੁਸੀਂ ਡਾਊਨਲੋਡ ਕਰ ਸਕਦੇ ਹੋ ਕਿ ਉਹ ਡਿਜੀ ਲੋਕਰ ਵਿੱਚ ਆਊਗਾ ਇਹਦਾ ਜਿਹੜਾ ਆਨਸਰ ਹੈ ਮੈਂ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਦਊਂਗਾ ਸੋ ਵੀਡੀਓ ਨੂੰ ਪੂਰਾ ਦੇਖਿਓ ਤਾਂ ਦੇਖੋ ਜੀ ਸਭ ਤੋਂ ਪਹਿਲੇ ਜਿਹੜੀ ਇਹਨਾਂ ਦੀ ਗਾਈਡਲਾਈਨਸ ਹੈ ਹਰ ਇੱਕ ਡਾਇਰੈਕਟ ਦੀ ਆਪਣੀ ਹੀ ਗਾਈਡਲਾਈਨਸ ਹੈ ਜਦ ਕਿ ਨਾਰਮਲੀ ਹੁੰਦਾ ਹੈ ਅਗਰ ਕੋਈ ਵੀ ਗਾਈਡਲਾਈਨਸ ਬੋਰਡ 올 오버 ਜਿੰਨੇ ਵੀ ਡਾਈਟਸ ਨੇ ਉਹ ਸਾਰੀਆਂ ਡਾਈਟਸ ਦੀ ਗਾਈਡਲਾਈਨ ਸੇਮ ਹੁੰਦੀਆਂ ਕੋਈ ਡਾਈਟ ਕਹਿੰਦਾ ਜੀ ਤੁਸੀਂ ਆਪਣਾ ਪੀਐਸਟੈਟ ਦਾ ਰੋਲ ਨੰਬਰ ਲੈ ਕੇ ਆਣਾ ਹੈ ਕੋਈ ਕਹਿੰਦਾ ਨਹੀਂ ਲੈ ਕੇ ਆਣਾ ਕੋਈ ਕਹਿੰਦਾ ਪਾਸਵਰਡ ਸਾਈਜ਼ ਫੋਟੋ ਲੈ ਕੇ ਆਣਾ ਕੋਈ ਕਹਿੰਦਾ ਨਹੀਂ ਲੈ ਕੇ ਆਣਾ ਕਿਸ ਨੇ ਸ਼ੋ ਹੀ ਨਹੀਂ ਕੀਤਾ ਇੱਥੇ ਤੱਕ ਕਿ ਕੁਝ ਡਾਈਟਸ ਇਦਾਂ ਦੇ ਵੀ ਹੈਗੇ ਆ ਸਟੂਡੈਂਟਸ ਕੋ ਲੈਟਰ ਲਿਖੋ ਆ ਕੇ ਲੈਂਦੇ ਪਿਆ ਕਿ ਤੁਸੀਂ ਆਪਣਾ ਸਰਟੀਫਿਕੇਟ ਲੈ ਲਿਆ ਇਸ ਦੇ ਰਿਗਾਰਡਿੰਗ ਪੂਰਾ ਲੈਟਰ ਠੀਕ ਹੈ ਜੀ ਲਿਖ ਕੇ ਦੋ ਸਾਨੂੰ ਪਹਿਲੇ ਤਾਂ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਰੂਲਸ ਪਤਾ ਨਹੀਂ ਆਪਣੇ ਘਰੋਂ ਵਿੱਚੋਂ ਹੀ ਬਣਾਉਂਦੇ ਆ ਘਰ ਵਿੱਚ ਬਹਿ ਜਾਂਦਾ ਇੱਕ ਪਰਸਨ ਚਲੋ ਜੀ ਰੂਲ ਬਣਾਏ ਡਿਸਪਲੇ ਕਰਤੇ ਜੀ ਨੋਟਿਸ ਬੋਰਡ ਤੇ ਸੋ ਇਹ ਰੂਲਸ ਦਾ ਮੈਨੂੰ ਨਹੀਂ ਫਰੈਂਡ ਸਮਝ ਲੱਗਿਆ ਜੇ ਤੁਹਾਨੂੰ ਇਸ ਰੂਲਸ ਬਾਰੇ ਪਤਾ ਤਾਂ ਪਲੀਜ਼ ਮੈਨੂੰ ਜ਼ਰੂਰ ਗਾਈਡ ਕਰਿਓ ਬਿਕੋਜ਼ 올ਓਵਰ ਜਿੰਨੇ ਵੀ ਇੰਸਟੀਟਿਊਸ਼ਨ ਹੈ ਅਗਰ ਲਾਲੋ ਪੀਐਸਸੀਬੀ ਦੀ ਮੈਂ ਗੱਲ ਕਰਦਾ ਹਾਂ ਅਗਰ ਪੀਐਸਸੀਬੀ ਦੇ ਐਗਜ਼ਾਮਸ ਹੁੰਦੇ ਆ ਜੋ ਪੀਐਸਸੀਬੀ ਨੇ ਇੱਕ ਵਾਰ ਵੈਬਸਾਈਟ ਤੇ ਇਸ਼ੂ ਕਰਤਾ ਗਾਈਡਲਾਈਨਸ ਫਾਰ 올 ਦਾ ਸਕੂਲਸ ਉਹ ਸਾਰੀਆਂ ਸਕੂਲਾਂ ਵਾਸਤੇ ਸੇਮ ਹੁੰਦੀਆਂ ਬੇਸ਼ੱਕ ਉਹ ਬੇਸ਼ੱਕ ਬਠਿੰਡਾ ਦਾ ਹੈ ਬੇਸ਼ੱਕ ਪਟਿਆਲਾ ਦਾ ਹੈ ਅਫੀਲੀਏਟਡ ਜਿੰਨੇ ਵੀ ਸਕੂਲਸ ਆਉ ਸਕੂਲਸ ਵਾਸਤੇ ਸੇਮ ਗਾਈਡਲਾਈਨਸ ਤਾਂ ਇੱਥੇ ਮੈਨੂੰ ਪਤਾ ਨਹੀਂ ਉਹਨਾਂ ਦੀ ਗਾਈਡਲਾਈਨਸ ਬਾਰੇ ਕੀ ਕੀ ਹਸਤਾਵਾ ਦੇਖੋ ਇਹ ਹੈ ਜਿਹੜਾ ਡਾਈਟ ਹੈਗਾ ਫਿਰੋਜ਼ਪੁਰ ਅਤੇ ਇਹਦੇ ਵਿੱਚ ਫਾਜ਼ਿਲਕਾ ਵੀ ਇਨਕਲੂਡ ਹੁੰਦਾ ਹੈ ਇੱਥੇ ਤਾਂ ਪਹਿਲੇ ਸੈਨੀਟਾਈਜ਼ਨ ਬਾਰੇ ਦੱਸਿਆ ਪਿਆ ਕਿ ਤੁਸੀਂ ਸੈਨੀਟਾਈਜ਼ ਕਰਨਾ ਹੈ ਡਿਸਟੈਂਸ ਵੈਰਾ ਦੱਸਿਆ ਹੋਇਆ ਸਭ ਕੁਝ ਦੱਸਿਆ ਹੋਇਆ ਤਾਂ ਇੱਥੇ ਦੱਸਿਆ ਹੋਇਆ 10 ਤੋਂ 2 ਟਾਈਮਿੰਗ ਇੱਥੇ ਧਿਆਨ ਨਾਲ ਦੇਖਿਓ ਡੇਟ 15 ਦੱਸੀ ਹੋਈ ਹੈ ਆਹ ਸੇਮ ਹੁਸ਼ਿਆਰਪੁਰ ਦਾ ਹੈ ਇੱਥੇ ਦੇਖੋ ਮੰਡੇ ਟੂ ਵੈਨਸਡੇ ਪਹਿਲੇ ਫਰਾਈਡੇ ਸੀਗਾ ਇਹਨਾਂ ਨੇ ਟਾਈਮਿੰਗ ਆਪਣੇ ਅਕੋਰਡਿੰਗ ਹੀ ਚੇਂਜ ਕਰਤੀ ਆ ਦੇਖੋ ਵੈਨਸਡੇ ਕਰਤਾ ਟਾਈਮ ਇੱਥੇ ਮੇਰੇ ਅਕੋਰਡਿੰਗ ਟਾਈਮ ਇੱਕ ਹੀ ਆ 2 ਵਜੇ ਦਾ ਸੀਗਾ ਇੱਥੇ ਦੇਖ ਲਓ ਟਾਈਮ ਵੀ ਆਪਣੇ ਅਕੋਰਡਿੰਗ ਇਹਨਾਂ ਨੇ ਚੇਂਜ ਕਰਤਾ 10 AM ਟੂ 12 PM ਮੰਡੇ ਟੂ ਵੈਨਸਡੇ ਬਾਕੀ ਦੇ ਨਹੀਂ ਕਿੱਧਰ ਗਏ ਵੀ ਜਦ ਸਾਰਾ 올ਓਵਰ ਮੰਡੇ ਟੂ ਫਰਾਈਡੇ ਵੈਸੇ ਸੈਟਰਡੇ ਹੁੰਦਾ ਹੈ ਸਕੂਲਸ ਵੈਰਾ ਸਭ ਕੁਝ ਓਪਨ ਹੈ ਤਾਂ ਇਹ ਸਰਟੀਫਿਕੇਟ ਕਿਉਂ ਨਹੀਂ ਦੇ ਰਹੇ ਕੋਈ ਰੀਜ਼ਨ ਆ ਦੇਖੋ ਇਹ ਜਿੱਥੇ ਤਾਂ ਵੀ ਡਾਈਟ ਹੈ ਫਿਰੋਜ਼ਪੁਰ ਦਾ ਦੇਖੋ ਇਹ ਪ੍ਰੋਪਰਲੀ ਰਸ ਦੇ ਪੇ 10 ਤੋਂ 2 ਇਹਨਾਂ ਨੇ ਫਲਰ ਡੇ ਨਹੀਂ ਦੱਸੀ ਹੋਏ ਡੈਟ ਮੀਨਸ ਵਰਕਿੰਗ ਡੇ ਤੁਸੀਂ ਕਦੇ ਵੀ ਜਾ ਸਕਦੇ ਹੋ ਟਾਈਮਿੰਗ ਦੇ ਵਿੱਚ ਇਹ ਤੁਹਾਨੂੰ ਮੈਂ ਕੰਪੇਅਰ ਕਰਕੇ ਦੱਸ ਦਾਂ ਪਿਆ ਡਾਈਟਸ ਦਾ ਦੇਖੋ ਆਪਣੇ ਹੀ ਰੂਲਸ ਐਂਡ ਰੈਗੂਲੇਸ਼ਨ ਹੁਣ ਇੱਥੇ ਗਾਈਡਲਾਈਨਸ ਦੇਖ ਲਓ ਜਿਹੜੀਆਂ ਦੱਸਿਆ ਦੱਸੀਆਂ ਹੋਈਆਂ ਰਿਗਾਰਡਿੰਗ ਜਿਹੜੇ ਤੁਸੀਂ ਡਾਕੂਮੈਂਟਸ ਲੈ ਕੇ ਜਾਣੇ ਐ ਸਭ ਤੋਂ ਪਹਿਲੇ ਪੀਐਸਟੈਟ ਦੀ ਰੋਲ ਨੰਬਰ ਸਲਿੱਪ ਜੇ ਨਹੀਂ ਹੈ ਇਹਦਾ ਸੋਲੂਸ਼ਨ ਮੈਂ ਤੁਹਾਨੂੰ ਇੱਕ ਵੀਡੀਓ ਜਦਾਊਂਗਾ ਆਧਾਰ ਕਾਰਡ ਦੀ ਸੈਲਫ ਸੈਚੂਰੀ ਕਾਪੀ ਤੁਸੀਂ ਖੁਦ ਵੀ ਕਰ ਸਕਦੇ ਹੋ ਦੋ ਪਾਸਵਰਡ ਸਾਈਜ਼ ਫੋਟੋ ਰੰਗीन ਠੀਕ ਹੈ ਜੀ ਪੀ ਐਸਟੇਟ ਲਈ ਈਟੀਟੀ ਡਿਗਰੀ ਪਾਸ ਅਤੇ ਪੀ ਐਸ 2 ਦੀ ਬੀਏ ਡਿਗਰੀ ਪਾਸ ਸਰਟੀਫਿਕੇਟ ਦੀ ਕਿਸੇ ਗਸਟੇਡ ਅਧਿਕਾਰੀ ਤੋਂ ਠੀਕ ਹੈ ਜੀ ਅਟੈਸਟਡ ਕਾਪੀ ਤੋਂ ਇਹ ਮੈਂ ਜਿੰਨੇ ਵੀ ਅਸੂ ਪਹਿਲੇ ਜਿੰਨੇ ਵੀ ਇਦਾਂ ਦੇ ਆਪਣੇ ਡਾਈਟ ਸੋਰਾ ਦੇ ਕੇ ਜਾਂ ਬਾਅਦ ਨੋਟਿਸ ਲੱਗ ਗਿਆ ਜਿੰਨੇ ਵੀ ਮੈਂ ਵੀਡੀਓ ਬਣਾਈਆਂ ਫਰਸਟ ਇਦਾਂ ਡਾਟਾ ਜਿਹੜਾ ਦੱਸਿਆ ਹੋਇਆ ਕਿ ਗਸਟੇਡ ਆਫਿਸਰ ਤੋਂ ਤੁਸੀਂ ਅਟੈਸਟਡ ਕਰਨੇ ਆ ਨਾਰਮਲੀ ਕੀ ਹੁੰਦਾ ਹੈ ਕਿ ਤੁਸੀਂ ਸੈਲਫ ਅਟੈਸਟਡ ਕਰਕੇ ਦੇ ਦਿੰਦੇ ਹੋ ਇਹਨਾਂ ਦਾ ਆਪਣਾ ਰੂਲ ਆ ਦੇਖੋ ਦੂਸਰੀ ਡਾਈਟ ਇਥੇ ਦੱਸਿਆ ਹੋਇਆ ਸਿਖਿਆਰਥੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇ ਸਿਖਿਆਰਥੀ ਦਾ ਸਰਟੀਫਿਕੇਟ ਹੈ ਉਹ ਇਥੇ ਨੀਜ਼ੀ ਪੱਧਰ ਤੇ ਆਏ ਠੀਕ ਹੈ ਖੁਦ ਜਾਣਾ ਖੁਦੋਨੇ ਆਪਣੇ ਸਿਗਨੇਚਰ ਵਾਰਾ ਕਰਕੇ ਆਪਣੇ ਡਾਕੂਮੈਂਟ ਜੋ ਵੀ ਤੁਹਾਡਾ ਸਰਟੀਫਿਕੇਟ ਹੈ ਉਹ ਲੈਣਾ ਹੈ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ ਤਾਂ ਉਹ ਵਿਦਿਆਰਥੀ ਇਹਨਾਂ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਆ ਚਲੋ ਜੀ ਇੱਥਾ ਇੱਥੇ ਦੇਖੋ ਜੀ ਕੋਈ ਕੰਟੈਕਟ ਨੰਬਰ ਦਿੱਤਾ ਹੋਇਆ ਬੇਸ਼ੱਕ ਜਿੱਦਾਂ ਦੀ ਮਰਜ਼ੀ ਰਾਈਟਨ ਇਹਨਾਂ ਨੇ ਕੰਟੈਕਟ ਨੰਬਰ ਦਿੱਤੇ ਹੋਏ ਨਾ ਕੋਈ ਪ੍ਰੋਬਲਮ ਹੈ ਕਿਸੇ ਨੇ ਦੂਰੋਂ ਆਣਾ ਹੈ ਸਰਟੀਫਿਕੇਟ ਲੈਣਾ ਹੈ ਉਹ ਕਲੀਅਰ ਕਰੋ ਹੁਣ ਜਿੱਦਾਂ ਕਾਫੀ ਜ਼ਿਆਦਾ ਸਟੂਡੈਂਟਾਂ ਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ ਪੀਐਸਟੈਟ ਦਾ ਜਿਹੜਾ ਸਰਟੀਫਿਕੇਟ ਹੈ ਉਹ ਪੀਐਸਟੈਟ ਦੀ ਵੈਬਸਾਈਟ ਤੋਂ ਨਹੀਂ ਨਿਕਲਦਾ ਪਿਆ ਉਹਨਾਂ ਨੇ ਬੈਕਐਂਡ ਤੋਂ ਹੀ ਲਿੰਕ ਰਿਮੂਵ ਕਰ ਦਿੱਤਾ ਹੈ ਤੁਸੀਂ ਫਿਲ ਵੀ ਕਰਨਾ ਇਨਵੈਲਿਡ ਪਾਸਵਰਡ ਅਤੇ ਤੁਹਾਡਾ ਨੇ ਰਜਿਸਟਰ ਨੰਬਰ ਦੱਸਣਾ ਹੈ ਹੁਣ ਚਲੋ ਮੈਂ ਤੁਹਾਨੂੰ ਇੱਕ ਦੱਸਦਾ ਕਿ ਮੈਂ ਖੁਦ ਸਰਟੀਫਿਕੇਟ ਲੈਣ ਗਿਆ ਸੀ ਅੱਜ ਵੀ ਗਿਆ ਸੀ ਮੈਂ ਕੁਝ ਟਾਈਮ ਪਹਿਲੇ ਵੀ ਗਿਆ ਸੀ ਉਸ ਤੋਂ ਪਹਿਲੀ ਵੀ ਗਿਆ ਸੀ ਇੱਥੇ ਦੇਖੋ ਜੀ ਟਾਈਮਿੰਗ ਦੱਸੀ ਹੋਈ ਹੈ 10am ਤੋਂ 12pm ਇਨਾਂ ਦੇ ਉੱਤੇ ਆਣ ਦੀ ਟਾਈਮਿੰਗ ਸੀ 11 ਵਜੇ ਠੀਕ ਹੈ 10 ਵਜੇ ਦੀ ਟਾਈਮਿੰਗ ਹੈ 10 15 ਮਿੰਟ ਚਲੋ ਮੈਂ ਵੀ ਮੰਨਦਾ ਹਾਂ ਕਿ ਲੱਗ ਜਾਂਦੇ ਆ ਟ੍ਰੈਫਿਕ ਹੈ ਬੰਦਾ ਦੂਰੋਂ ਆਂਦਾ ਹੈ ਕੀ ਵਾਰ ਪ੍ਰੋਬਲਮ ਹੋ ਜਾਂਦੀ ਹੈ ਬਟ ਇਨਾਂ ਦੀ ਟਾਈਮਿੰਗ ਕੀ ਆ ਉੱਥੇ 11 ਵਜੇ ਪੁੱਜੇ 11 ਵਜੇ ਪੁੱਜੇ ਪੁੱਜੇ ਕੋਈ ਸੈਨੀਟਾਈਜ਼ਰ ਨਹੀਂ ਠੀਕ ਹੈ ਨੋ ਸੋਸ਼ਲ ਡਿਸਟੈਂਸਿੰਗ ਠੀਕ ਹੈ ਜੀ ਜਿੱਦਾਂ ਹੁੰਦਾ ਨਹੀਂ ਇੱਕ ਭੇਡਾਂ ਆਪਾਂ ਜਿੱਦਾਂ ਇੱਕ ਸਾਈਡ ਲੈ ਕੇ ਜਾਂਦੇ ਆ ਤੁਸੀਂ ਦੇਖਿਆ ਹੋਣਾ ਸੀ ਰੋਡ ਤੇ ਟ੍ਰੈਵਲ ਕਰਦੇ ਹੋ ਉੱਥੇ ਗੁੱਜਰ ਬਾਰੇ ਮੱਝਾਂ ਲੈ ਕੇ ਚੱਲੇ ਹੁੰਦੇ ਆ ਸੇਮ ਇਦਾਂ ਉੱਥੇ ਰਸ ਸੀ ਕਿ ਜਿਹੜਾ ਆਂਦਾ ਇੱਕ ਉੱਪਰ ਇੱਕ ਚੜੀ ਜਾਓ ਠੀਕ ਹੈ ਲਾਈਕ ਕਿੱਥੇ ਦੇਖੋ ਇਹਨਾਂ ਨੇ ਦੱਸਿਆ ਤਾਂ ਹੋਇਆ ਨਾ ਕਿ ਜ਼ਿਆਦਾ ਤੋਂ ਜ਼ਿਆਦਾ ਡਿਸਟੈਂਸਿੰਗ ਰੱਖਣਾ ਜੇ ਤੁਸੀਂ ਪ੍ਰੋਪਰ ਕਰਦੇ ਪਿਓ ਪਹਿਲੇ ਤਾਂ ਤੁਸੀਂ ਟਾਈਮ ਦੇ ਨਹੀਂ ਆਂਦੇ ਪਿਓ ਤੇ ਬਿਲਡਿੰਗ ਦਾ ਇੰਨਾ ਮਾੜਾ ਹਾਲ ਹੈ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਜਿੱਦਾਂ ਗਵਰਨਮੈਂਟ ਆਫਿਸਸ ਹੁੰਦੇ ਆ ਜਿੰਨਾ ਉਹਦੇ ਅੰਦਰ ਤੁਸੀਂ ਦੇਖ ਸਕਦੇ ਹੋ ਹੁੰਦਾ ਹੈ ਡਸਟ ਵਗੈਰਾ ਜਾਂ ਕਚਰਾ ਵਗੈਰਾ ਜਾਂ ਕਹਿ ਲੋ ਕਿ ਹਾਲਾਤ ਉਦਾਂ ਦਾ ਇੱਦਾਂ ਦੇ ਸੀਗੇ ਜਿੱਦਾਂ ਕਿ ਮੈਨੂੰ ਲੱਗਿਆ ਹੁੰਦਾ ਕਿ ਕੋਈ ਖੰਡਰ ਨਹੀਂ ਹੁੰਦਾ ਖੰਡਰ ਵਿੱਚ ਤੁਸੀਂ ਜਾਂਦੇ ਹੋ ਜਿੱਦਾਂ ਤੁਸੀਂ ਸੀਰੀਅਲ ਦੇਖਦੇ ਹੁੰਦੇ ਭੂਤਾਂ ਵਾਲੇ ਸੇਮ ਇੱਕ ਹੰਡਰ ਹੁੰਦਾ ਨਾ ਉਹਦੇ ਵਿੱਚ ਸੇਮ ਉਸੇ ਤਰ੍ਹਾਂ ਦਾ ਉੱਥੇ ਦਾ ਹਾਲਾਤ ਸੀਗੇ ਮੈਂ ਤਾਂ ਦੇਖਿਆ ਰਹਿਣ ਹੋ ਗਿਆ ਕਿ ਉੱਥੇ ਹਾਲਾਤ ਕੀ ਕੋਈ ਲਾਈਟ ਨਹੀਂ ਵਾਸ਼ਰੂਮ ਦਾ ਉੱਥੇ ਇਦਾਂ ਰਿਆ ਕਿ ਉੱਥੇ ਕੋਕ ਕਰੋਚ ਕਹਿ ਲਓ ਤੁਸੀਂ ਜਾਂ ਅਦਰ ਜਿਹੜੇ ਵੀ ਕੀੜੇ ਮਕੋੜੇ ਹੁੰਦੇ ਉੱਥੇ ਘੁੰਮ ਰਹੇ ਸੀਗੇ ਲਾਈਟ ਵੀ ਹੈ ਨਹੀਂ ਉੱਥੇ ਠੀਕ ਹੈ ਜੀ ਇਨਫੈਕਚਰਲ ਲਾਈਟ ਤਾਂ ਹੋਣੀ ਚਾਹੀਦੀ ਸੀ ਆਫਿਸ 'ਵੇ ਲਾਈਟ ਹੀ ਨਹੀਂ ਪਤਾ ਲੱਗਿਆ ਕਨੈਕਸ਼ਨ ਕੱਟਿਆ ਹੋਇਆ ਹੈ ਮੈਡਮ ਨੂੰ ਸਾਡੇ ਸਾਹਮਣੇ ਜਿਹੜੀ ਵੀ ਮੈਡਮ ਸੀ ਐਕਸਵਾਈਜ਼ेड ਮੈਂ ਨਾਮ ਨਹੀਂ ਲੈਣਾ ਅੱਛਾ ਨਹੀਂ ਲੱਗਦਾ ਇਹਨਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਹੈ ਉਹਨਾਂ ਨੂੰ ਜਿਲੇਪਾ ਖੁਦ ਫੋਨ ਕੀਤਾ ਪਹਿਲੇ ਉਹਨਾਂ ਨੇ ਪੀਐਮ ਨੇ ਫੋਨ ਕੀਤੇ ਦੈਨ ਅਸੀਂ ਵੀ ਖੁਦ ਫੋਨ ਕੀਤਾ ਦੈਨ ਮੈਡਮ ਸੈੱਟ ਕੀ ਸਰ ਸਾਡੀ ਅੱਜ ਡਿਊਟੀ ਨਹੀਂ ਹੈ ਦੂਸਰੇ ਮੈਡਮ ਦੀ ਡਿਊਟੀ ਮੈਂ ਉਹਨਾਂ ਨੂੰ ਫੋਨ ਕਰ ਦਿੰਦੀ ਇਹਨਾਂ ਨੂੰ ਇਹੀ ਨਹੀਂ ਪਤਾ ਡਿਊਟੀ ਕਿਹਦੀ ਚਲੋ ਜਿਹੜੀ ਮਰਜ਼ੀ ਡਿਊਟੀ ਹੋਏ ਮੇਰੀ ਹੈ ਤੁਹਾਡੀ ਹੈ ਕਿਸੇ ਹੋਰ ਦੀ ਬੰਦਾ ਆਪਣੇ ਟਾਈਮ ਦੇ ਤਾਈ ਮੈਡਮ ਜੀ ਪਤਾ ਨਹੀਂ ਕੀ ਕਰੀ ਜਾਂਦੇ ਪੇ 11 ਵਜੇ ਪੁੱਜੇ ਉੱਥੇ ਜੇ ਤੁਹਾਨੂੰ ਵੀਡੀਓ ਚਾਹੀਦੀ ਵੀਡੀਓ ਵੀ ਬਣਾਈ ਪਈ ਹੈ ਬਟ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਬਿਕਾਜ਼ ਚਲੋ ਠੀਕ ਹੈ ਜੋ ਵੀ ਹੈ EMPLOYEES ਦਾ ਨਾਮ ਇਦਾਂ ਸਾਹਮਣੇ ਆਂਦਾ ਹੈ ਠੀਕ ਹੈ ਅ ਬਟ ਫਿਲਹਾਲ ਫਿਰ ਵੀ ਫਰੈਂਡਸ ਥੋੜਾ ਦੇਖਿਆ ਕਰੋ ਟੀਚਰਸ ਵੈੜਾ ਜਿਹੜੇ ਵੀ ਡਾਈਟ ਜਾਂ ਅਦਰ ਗਵਰਨਮੈਂਟ EMPLOYEES ਹੈਗੇ ਆ ਸਾਰੇ ਵੈਸੇ ਸੇਮ ਨਹੀਂ ਹੁੰਦੇ ਬਟ ਪਲੀਜ਼ ਆਪਣੇ ਕੰਮ ਦੇ ਪ੍ਰਤੀ ਥੋੜਾ ਡਿਸਪਲਿਨ ਰੱਖਿਆ ਕਰੋ ਤਾਂ ਹੀ ਤਾਂ ਜਿੰਨੇ ਵੀ ਸਰਕਾਰੀ ਹੈਗੇ ਆ ਇੰਸਟੀਟਿਊਸ਼ਨਸ ਵੈਰਾ ਤਾਂ ਹੀ ਤਾਂ ਕੋਈ ਬੱਚੇ ਨਹੀਂ ਆਪਣੇ ਪੰਦਾ ਸਰਕਾਰੀ ਸਕੂਲਾਂ ਚ ਕਿਉਂ ਨਹੀਂ ਬੱਚੇ ਪੰਦਾ ਕੋਈ ਮੇਰੇ ਖੁਦ ਬੱਚੇ ਮੈਂ ਆਪਣੇ ਪ੍ਰਾਈਵੇਟ ਸਕੂਲ ਚ ਪਾਏ ਪਏ ਆ ਬਿਸ਼ੱਕ ਮੇਰੇ ਇੰਨੀ ਪੇਮੈਂਟ ਨਹੀਂ ਹੈ ਬਟ ਫਿਰ ਵੀ ਕਿਤਨੇ ਕਿਤੇ ਬੱਚਿਆਂ ਦੀ ਮੈਂ ਫੀਸ ਦੇ ਰਿਹਾ 10000 ਜਦਕਿ ਮੇਰੇ 2000 ਫੀਸ ਚ ਕਮ ਹੋ ਸਕਦਾ ਕਿਉਂ ਦੇ ਰਿਹਾ ਆ ਆਨ ਸ ਨਾ ਉਥੇ ਪ੍ਰੋਪਰ ਸਿਟਿੰਗ ਅਰੇਂਜਮੈਂਟ ਨਾ ਉਥੇ ਸਫਾਈ ਨਾ ਲਾਈਟਨਿੰਗ ਸੈਨੀਟਾਈਜ਼ਰ ਤਾਂ ਤੇ ਨਾਮੋ ਨਿਸ਼ਾਨੀ ਨਹੀਂ ਸੀਗਾ ਉਥੇ ਸੋ ਫਰੈਂਡਸ ਇਨਡਾਇਰੈਕਟਲੀ ਤੁਸੀਂ ਇਹ ਕਾਫੀ ਸਮਝ ਜਾ ਰਹੇ ਹੋ ਠੀਕ ਹੈ ਜੀ ਤੁਸੀਂ ਸਮਝ ਸਕਦੇ ਹੋ ਕਿ ਮੈਂ ਕੀ ਕਹਿ ਰਿਹਾ ਹਾਂ ਅਤੇ ਤੁਹਾਨੂੰ ਰਿਕਵੈਸਟ ਕਰਦਾ ਹਾਂ ਵੈਸੇ ਤਾਂ ਜੌਬ ਔਖੀ ਮਿਲਣੀ ਹੈ ਜੋ ਹਾਲਾਤ ਚੱਲੇ ਹੋਏ ਪੰਜਾਬ ਦੇ ਫਿਲਹਾਲ ਜੇਕਰ ਤੁਹਾਨੂੰ ਜੌਬ ਮਿਲ ਜਾਂਦੀ ਹੈ ਸਾਰਿਆਂ ਨੇ ਬਹੁਤ ਹਾਰਡ ਵਰਕ ਕੀਤਾ ਹੋਇਆ ਹੈ ਤੁਸੀਂ ਸਾਰਿਆਂ ਨੇ ਕਾਫੀ ਜ਼ਿਆਦਾ ਪ੍ਰੋਬਲਮ ਫੇਸ ਕੀਤੀਆਂ ਹੈ ਅਗਰ ਗਵਰਨਮੈਂਟ ਟੀਚਰ ਬਣੋ ਤਾਂ ਪਲੀਜ਼ ਇੱਕ ਅੱਛੇ ਗਵਰਨਮੈਂਟ ਟੀਚਰ ਬਣਿਓ ਆਈ ਰਿਸਪੈਕਟ ਆਲ ਦਾ ਗਵਰਨਮੈਂਟ ਟੀਚਰਸ ਕਾਫੀ ਅੱਛੇ ਵੀ ਹੁੰਦੇ ਆ ਬਟ ਕਾਫੀ ਜ਼ਿਆਦਾ ਟੈਨਸ਼ਨ ਨਹੀਂ ਲੈਂਦੇ ਛੱਡ ਗਿਆ ਸਰਕਾਰੀ ਜੌਬ ਹੈ ਸੈਲਰੀ ਤਾਂ ਮਿਲਣੀ ਮਿਲਣੀ ਕਰੀਏ ਨਾ ਕਰੀਏ ਇਹ ਪਲੀਜ਼ ਇਹ ਤੁਹਾਡੇ ਮਨ ਚ ਥਿੰਕਿੰਗ ਹੈ ਪਲੀਜ਼ ਇਹਨੂੰ ਕੱਢੋ ਜੇਕਰ ਪਲੀਜ਼ ਕੋਈ ਮੇਰਾ ਭੈਣ ਭਰਾ ਗਵਰਨਮੈਂਟ ਟੀਚਰ ਵੀਡੀਓ ਦੇਖ ਰਿਹਾ ਹੋਵੇ ਪਲੀਜ਼ ਸਰ ਤੁਹਾਨੂੰ ਅਤੇ ਮੈਡਮ ਤੁਹਾਨੂੰ ਰਿਕੁਐਸਟ ਹੈ ਪਲੀਜ਼ ਥੋੜਾ ਜਿਹਾ ਇੰਪਰੂਵ ਕਰੋ ਅੱਛਾ ਨਹੀਂ ਲੱਗਦਾ ਲੋਕਾਂ ਨੂੰ ਤਾਂ ਜੌਬ ਮਿਲਦੀ ਨਹੀਂ ਹੈ ਯੂ ਆਰ ਵੈਰੀ ਲੱਕੀ ਕਿ ਥੈਟ ਯੂ ਗਾਟ ਅ ਜੌਬ ਉਹ ਵੀ ਸਰਕਾਰੀ 80 plus, 90 plus, plus, so, प्लस 90 प्लस आल्सो 1 लाख प्लस ਤੁਹਾਡੀ ਸੈਲਰੀਜ਼ ਆ ਪਲੀਜ਼ ਥੋੜਾ ਦਿਖਿਆ ਕਰੋ ਸੋ ਏਸੀ ਫਰੈਂਡਸ ਮੇਰਾ ਅਸ ਦਾ ਮੈਸੇਜ ਪਲਸ ਗਾਈਡਲਾਈਨਸ ਪਲਸ ਦੋਨੇ ਡਾਈਟਸ ਵਿੱਚ ਮੈਂ ਤੁਹਾਨੂੰ ਇੱਕ ਡਿਫਰੈਂਸ ਦੱਸਿਆ ਕੀ ਕੀ ਸਾਹਤਾ ਚੱਲੇ ਹੋਏ ਆ ਰੂਲਸ ਐਂਡ ਰੈਗੂਲੇਸ਼ਨ ਹਰੇਕ ਡਾਈਟ ਦੇ ਆਪਣੇ ਘਰ ਬੈਠ ਕੇ ਬਣਦੇ ਆ ਮੈਨੂੰ ਨਹੀਂ ਪਤਾ ਕਿਵੇਂ ਬਣਦੇ ਆ ਜਦ ਕੀ ਹੁੰਦਾ ਹੈ ਕੀ ਐਸਸੀਆਰਟੀ ਨੇ ਜੋ ਇਕਵਲ ਰੂਲਸ ਐਂਡ ਰੈਗੂਲੇਸ਼ਨ ਕਰਤੇ ਆ ਡਾਈਟਸ ਅਕੋਰਡਿੰਗ ਸਾਰੀ ਡਾਈਟਾਂ ਦੇ ਕੰਟੈਕਟ ਨੰਬਰ ਹੁੰਦੇ ਆ ਗੱਲਬਾਤ ਕਰਕੇ ਸਾਰੀ ਡਾਈਟ ਦੇ ਰੂਲਸ ਐਂਡ ਰੈਗੂਲੇਸ਼ਨ ਮੇ ਰੈਕੋਰਡਿੰਗ ਸੇਮ ਹੋਣੇ ਚਾਹੀਦੇ ਜਿੱਦਾਂ ਮੈਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਐਗਜ਼ਾਮਪਲ ਦਿੱਤੀ ਹੈ ਬਟ ਆਈ ਡੋਨਟ ਨੋ ਕਿ ਕਿੱਦਾਂ ਇਹਨਾਂ ਦੇ ਰੂਲਸ ਬਣਦੇ ਆ ਕਿਤੋਂ-ਕਿਤੋਂ ਹੋ ਕੇ ਆਂਦੇ ਆ ਸੋ ਪਲੀਜ਼ ਥੋੜਾ ਜਿਆ ਧਿਆਨ ਦਿਓ ਸਟੂਡੈਂਟਸ ਤੁਸੀਂ ਵੀਡੀਓ ਨੂੰ ਅਗਰ ਦਿਖ ਰਹੇ ਹੋ ਤਾਂ ਜਿਹੜਾ ਮੈਂ ਮੈਸੇਜ ਦਿੱਤਾ ਹੈ ਤੁਹਾਨੂੰ ਮੈਸੇਜ ਕਿੱਦਾਂ ਦਾ ਲੱਗਾ ਜ ਐਂਡ ਬੀ ਪੋਜ਼ਿਟਿਵ ਸੋ ਸਮਝ ਕੇ ਆਨਸਰ ਦਿਓ ਇਹ ਨਹੀਂ ਕਿ ਮੇਰੇ ਪਾਪਾ ਮੰਮੀ ਹੈ ਜੀ ਗਵਰਨਮੈਂਟ ਜੌਬ ਚ ਬੜੇ ਅੱਛੇ ਐ ਅੱਛੇ ਸਾਰਿਆਂ ਦੇ ਮੰਮੀ ਪਾਪਾ ਅੱਛੇ ਹੁੰਦੇ ਆ ਤੁਸ ਦੀ ਖੁਦ ਸਾਰੇ ਬਹੁਤ ਅੱਛੇ ਹੋ ਬਟ ਰਿਐਲਿਟੀ ਦੇ ਅਕੋਰਡਿੰਗ ਪਲੀਜ਼ ਕਮੈਂਟ ਕਰਿਓ ਜੋ ਮੈਂ ਤੁਹਾਨੂੰ ਇੱਥੇ ਐਕਸਪਲੇਨ ਕੀਤੀ ਹੈ ਪੂਰੀ ਚੀਜ਼ ਅਗਰ ਅਗਰ ਕੋਈ ਹੈ ਇਦਾਂ ਦਾ ਬ੍ਰਦਰ ਸਿਸਟਰ ਜਿਹੜਾ ਗਵਰਨਮੈਂਟ ਜੌਬ ਦੇ ਵਿੱਚ ਨਿਊਲੀ ਠੀਕ ਹੈ ਜੁਆਇੰਡ ਹੋਇਆ ਪਲੀਜ਼ ਥੋੜਾ ਅੱਛੇ ਠੀਕ ਹੈ ਜੀ ਵਰਕਿੰਗ ਵਗੈਰਾ ਕਰਿਓ ਬਾਕੀ ਸਾਰੀ ਪ੍ਰੋਸੈਸ ਮੈਂ ਤੁਹਾਨੂੰ ਐਕਸਪਲੇਨ ਕਰਤੀ ਹੈ ਸਰਟੀਫିକੇਟਸ ਵੈਰਾ ਜੋ ਜੋ ਤੁਹਾਨੂੰ ਚਾਹੀਦਾ ਸੀ ਐਮਐਸਆਰ ਐਕਸਪਲੇਨ ਕਰਦਾ ਹਾਂ ਸਟਾਰਟਿੰਗ ਵਿੱਚ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਵੀਡੀਓ ਦੇ ਲਾਸਟ ਵਿੱਚ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਕਿ ਜਿਹੜੇ ਤੁਹਾਡੇ ਸਰਟੀਫିକੇਟਸ ਆ ਤੁਸੀਂ ਆਨਲਾਈਨ ਡਾਊਨਲੋਡ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੋ ਸੋ ਫਿਲਹਾਲ ਉਹਦਾ ਆਨਸਰ ਹੈ ਨੋ ਡਿਜੀ ਲੋਕਰ ਦੇ ਵਿੱਚ ਸਰਟੀਫିକੇਟ ਪਾਣਾ ਬਹੁਤ ਟਫ ਹੈ ਜੀ ਸਰਵਰ ਵੈਰਾ ਪਰਚੇਸ ਕਰਨੇ ਪੈਂਦੇ ਆ ਕਾਫੀ ਜ਼ਿਆਦਾ ਕੋਸਟ ਲੱਗਦੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੇ 10th ਅਤੇ +2 ਦੇ ਸਰਟੀਫିକੇਟਸ ਇਹਨਾਂ ਨੇ ਡਿਜੀ ਲੋਕਰਸ 'ਚ ਅਪਲੋਡ ਕੀਤੇ ਕਾਫੀ ਜ਼ਿਆਦਾ ਸਟੂਡੈਂਟਸ ਤੇ ਸਰਟੀਫਿਕੇਟ ਡਾਊਨਲੋਡ ਨਹੀਂ ਹੋ ਰਹੇ ਅਗਰ ਸਕੂਲ ਜਾ ਕੇ ਬੱਚਾ ਪਤਾ ਕਰੇ ਸਕੂਲ ਸੈੱਡ ਕਿ ਸਾਨੂੰ ਨਹੀਂ ਪਤਾ ਇਦਾਂ ਕਰੋ ਹਲੇ ਸਰਟੀਫਿਕੇਟ ਸਾਡੇ ਕੋ ਆਏ ਨਹੀਂ ਹੈ ਤੁਸੀਂ ਵੇਟ ਕਰੋ ਮੈਨੂੰ ਰੀਸੈਂਟਲੀ ਹੀ 2-3 ਬੱਚਿਆਂ ਦੇ ਫੋਨ ਆਏ ਉਹਨਾਂ ਨੇ ਪੀਆਰ ਅਪਲਾਈ ਕਰਨੀ ਸੀ ਠੀਕ ਹੈ ਬਾਹਰ ਜਾਣਾ ਸੀ ਉਹਨਾਂ ਦੇ ਤੁਹਾਨੂੰ ਪਤਾ ਪਹਿਲੇ ਡਾਕੂਮੈਂਟ ਵੈਰਾ ਸਾਰੇ ਜਮ੍ਹਾਂ ਹੁੰਦੇ ਆ ਉਹਨਾਂ ਫਦਰ ਹਾਈਅਰ ਸਟੱਡੀਜ਼ ਵਾਸਤੇ ਅਬ੍ਰੋਡ ਜਾਣਾ ਸੀਗਾ ਹੁਣ ਸਰਟੀਫਿਕੇਟ ਕਿੱਥੋਂ ਲੈਣ ਉਹ ਕਹਿੰਦੇ ओरिजिनल ਸਰਟੀਫਿਕੇਟ ਦਿਓ ਉਹ ਕਿੱਥੋਂ ਲੈਣ ਸਕੂਲ ਵਾਲੇ ਹੈਲਪ ਹੀ ਨਹੀਂ ਕਰਦੇ ਜਦ ਕਿ ਨਾਰਮਲੀ ਹੁੰਦਾ ਕਿ ਅਗਰ ਮੈਂ ਕਿ ਮੈਂ ਜੌਬ ਕਰਦਾ ਹਾਂ ਸਕੂਲ ਦੇ ਵਿੱਚ ਠੀਕ ਹੈ ਅਗਰ ਕੋਈ ਮੇ ਕੋ ਬੱਚਾ ਆਇਆ ਮੇ ਕੋਈ ਨਹੀਂ ਇਸ ਸੈ ਸੁਣਦੀ ਹੈ ਕਿ ਮੈਂ ਬੋਰਡ ਵਾਲਿਆਂ ਨਾਲ ਗੱਲ ਕਰਾਂ ਸਪੈਸ਼ਲ ਸਾਡੇ ਕੋ ਲਿੰਕਸ ਹੁੰਦੇ ਹੈ ਗੱਲ ਕਰਕੇ ਮੈਂ ਇਹ ਚੀਜ਼ ਉਹਨਾਂ ਨੂੰ ਦੱਸ ਸਕਾਂ ਕਿ ਇਹ ਸਾਰੇ ਬੱਚੇ ਦੀ ਪ੍ਰੋਬਲਮ ਹੈ ਵੈਕੰਟੀਮ ਠੀਕ ਹੈ ਜੀ ਕੰਮ ਕਰਦੀ ਪਈ ਹੈ ਬਟ ਸਕੂਲ ਵਾਲੇ ਕੰਮ ਨਹੀਂ ਕਰਦੇ ਬਈ ਨਾ ਹੀ ਉਹਨਾਂ ਨੂੰ ਗਾਈਡ ਕਰਦੇ ਬਈ ਬੱਚਿਆਂ ਨੂੰ ਕਾਫੀ ਬੱਚੇ ਪਰੇਸ਼ਾਨ ਹੈ ਸਾਨੂੰ ਜ਼ਿਆਦਾ ਅਗਰ ਇਹਦਾ ਆਨਸਰ ਚਾਹੀਦਾ ਕਲੈਰੀਫਿਕੇਸ਼ਨ ਚਾਹੀਦੀ ਹੈ ਤੁਸੀਂ ਗੂਗਲ ਤੇ ਸਰਚ ਕਰ ਲਿਓ ਥਿੰਕ ਟੈਕਨੀਕਲ ਇਰਾ ਪੀਐਸਟੈਟ ਸਰਟੀਫਿਕੇਟ ਉੱਥੇ ਤੁਸੀਂ ਖੁਦ ਬੱਚਿਆਂ ਸੋ ਡਾਇਰੈਕਟਲੀ ਮੈਂ ਕਹ ਰਿਹਾ ਜਿਹੜਾ ਸਰਟੀਫਿਕੇਟ ਤੁਹਾਡਾ ਡਿਜੀ ਲੋਕਰਸ ਨਹੀਂ ਆਣਾ ਅਗਰ ਆ ਗਿਆ ਤਾਂ ਤੁਹਾਡੇ ਸਰਟੀਫਿਕੇਟ ਪ੍ਰੋਪਰਲੀ ਡਾਊਨਲੋਡ ਨਹੀਂ ਹੋਣੇ ਤੁਹਾਨੂੰ ਪਤਾ ਗਿਆ ਸਰਟੀਫਿਕੇਟ ਵਿੱਚ ਗਲਤੀ ਹੈ ਗਲਤੀ ਕੀ ਹੈ ਉਥੇ ਜਿਹੜੇ ਐਸਆਰਟੀ ਹੁੰਦਾ ਹੈ ਪੰਜਾਬੀ ਜਿਹੜਾ ਐਸਆਰਟੀ ਲਿਖਿਆ ਹੋਇਆ ਉਹਨਾਂ ਨੇ ਪੂਰਾ ਗਲਤ ਲਿਖਿਆ ਹੋਇਆ ਹੈ ਸੈਕਿੰਡ ਲਾਸਟ ਵਿੱਚ ਇੱਕ ਲਾਈਨ ਉਹਨਾਂ ਨੇ ਐਕਸਟਰਾ ਐਡ ਕਰਤੀ ਹੈ ਇੱਕ ਵਰਡ ਸੋ ਇਸ ਕਰਕੇ ਜਿਹੜਾ ਤੁਹਾਡਾ ਸਰਟੀਫਿਕੇਟ ਰਹਿ ਗਿਆ ਜਿਨ੍ਹਾਂ ਦੇ ਪੈਂਡਿੰਗ ਉਹ ਫਿਲਹਾਲ ਆਪਣੇ ਸਰਟੀਫਿਕੇਟ ਕਲੈਕਟ ਕਰ ਲੈਣ ਕਾਫੀ ਜ਼ਿਆਦਾ ਉਥੇ ਕੈਂਡੀਡੇਟਸ ਇੱਥੇ ਮੈਂ ਗਿਆ ਸੀ ਸਰਟੀਫਿਕੇਟ ਪਏ ਸੀ ਤਾੜਾ ਜਿਹੜਾ 2020 ਚ ਹੋਇਆ ਸੀ ਪੀ ਪਟ 18 ਵਾਲਾ ਉਸ ਤੋਂ ਪਿਛਲੇ ਲਾਇਕ 17 ਉਸ ਤੋਂ ਪਿਛਲੇ ਕਾਫੀ ਸਰਟੀਫਿਕੇਟਸ ਉੱਥੇ ਪਏ ਪਏ ਆ ਤੁਸੀਂ ਉੱਥੇ ਜਾਣਾ ਹੈ ਅਤੇ ਸਰਟੀਫਿਕੇਟ ਵੇਰ ਆਪਣੇ ਕਲੈਕਟ ਕਰ ਲੋ ਕੋਈ ਵੀ ਤੁਹਾਨੂੰ ਅਦਰ ਡਾਊਟ ਹੈ ਜਾਂ ਕੁਰੀਆ ਕਮੈਂਟ ਬਾਕਸ ਸੇ ਵੀ ਜ਼ਰੂਰ ਕਮੈਂਟ ਕਰਿਓ ਤੇ ਆਪਣੇ ਵਿਊ ਜ਼ਰੂਰ ਦਿਓ ਜੋ ਮੈਂ ਇੱਥੇ ਪੂਰੀ ਡਿਟੇਲ ਪੂਰੀ ਕਹਾਣੀ ਤੁਹਾਨੂੰ ਐਕਸਪਲੇਨ ਕੀਤੀ ਹੈ। ਤਾਂ ਵੀਡੀਓਜ਼ ਅਗਰ ਅੱਛੀ ਲੱਗ ਗਈ ਹੋਏ ਫਰੈਂਡਜ਼ ਜ਼ਰੂਰ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ। ਸੋ ਥੈਂਕ ਯੂ ਫਰੈਂਡਸ ਫੋਰ ਵ